ਜਥੇਦਾਰ ਅਵਤਾਰ ਸਿੰਘ ਜੀ, ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੁੱਚੇ ਗੁਰੂ ਘਰ ਦੇ ਪ੍ਰਬੰਧ ਨੇ ਇਸ ਪ੍ਰੋਗਰਾਮ ਨੂੰ ਘੱਟ ਸਮੇਂ 'ਚ ਉਲੀਕਿਆ। ਮੈਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਕਿਰਪਾ ਕਰਕੇ ਇਹਨੂੰ ਨਿਰਵਿਘਨਤਾ ਸਹਿਤ ਸੰਪੂਰਨ ਕਰਾਉਣ। ਪੰਥ ਦੀਆਂ ਮਾਇਨਾਜ਼ ਹਸਤੀਆਂ ਅੱਜ ਸੰਗਤਾਂ ਦੇ ਰੂਬਰੂ ਹੋਣਗੀਆਂ, ਜਿਨ੍ਹਾਂ ਦੇ ਵਿੱਚ ਬੜੇ ਹੀ ਸਤਿਕਾਰਯੋਗ, ਮਾਣਯੋਗ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਉਚੇਚੇ ਤੌਰ 'ਤੇ ਅਸੀਸਾਂ ਦੇਣ ਲਈ ਪੁੱਜ ਰਹੇ ਨੇ। ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ, ਪੰਥ ਦੀਆਂ ਵਿਸ਼ਵ ਪ੍ਰਸਿੱਧ ਮਾਇਨਾਜ਼ ਹਸਤੀਆਂ ਦੇ ਵਿੱਚੋਂ, ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਗੁਰਮਤਿ ਸੰਗੀਤ ਨੂੰ ਪ੍ਰਚੰਡ ਕਰਨ ਲਈ ਗੁਰੂ ਦੇ ਸਾਜ਼ਾਂ ਦੇ ਨਾਲ ਗੁਰੂ ਦਾ ਕੀਰਤਨ ਕਰਨ ਦਾ ਹੋਕਾ ਪੂਰੀ ਦੁਨੀਆ 'ਚ ਦਿੱਤਾ, ਪ੍ਰੋਫੈਸਰ ਸੁਰਿੰਦਰ ਸਿੰਘ ਜੀ ਰਾਜ ਅਕੈਡਮੀ ਲੰਡਨ ਤੋਂ ਸਮੁੱਚੇ ਜਥੇ ਦੇ ਰਾਹੀਂ ਅੱਜ ਉਹਨਾਂ ਨੇ ਹਾਜ਼ਰੀ ਭਰਨੀ ਹੈ। ਵਿਸ਼ਵ ਪ੍ਰਸਿੱਧ ਵਿਦਵਾਨ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ, ਇਹਨਾਂ ਸਾਰੇ ਪੰਥ ਦੀਆਂ ਮਾਇਨਾਜ਼ ਸ਼ਖਸੀਅਤਾਂ ਨੇ ਅੱਜ ਦੇ ਇਸ ਗੁਰਮਤਿ ਸਮਾਗਮ 'ਚ ਆਪਣੀ ਹਾਜ਼ਰੀ ਲਵਾਉਣੀ ਹੈ। ਟੀਵੀ ਰਾਹੀਂ ਦੇਖ ਰਹੀਆਂ ਸਾਰੀਆਂ ਹੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਹਾਜ਼ਰੀਆਂ ਭਰੀਏ ਜੀ। ਸੋ ਇਹ ਯਾਦ ਗਿਆਨੀ ਸੰਤ ਸਿੰਘ ਜੀ ਮਸਕੀਨ ਪੰਥ ਰਤਨ ਕੌਮ ਦੇ, ਉਹਨਾਂ ਦੀ ਕੇਵਲ ਇੱਕ ਯਾਦ ਹੀ ਨਹੀਂ, ਅੱਜ ਅਸੀਂ ਇਸ ਜਗ੍ਹਾ 'ਤੇ ਬੈਠ ਕੇ ਮੇਰੀ ਕੌਮ ਦੇ ਭਵਿੱਖ ਦਾ ਚਿੰਤਨ ਕਰਦਿਆਂ ਹੋਇਆਂ ਇਹ ਗੱਲ ਦ੍ਰਿੜ ਕਰਨੀ, ਆਪਸ ਵਿੱਚ ਬੈਠਣਾ ਕਿ ਸਿੱਖ ਕੌਮ ਆਉਣ ਵਾਲੇ ਸਮੇਂ ਵਿੱਚ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਹੋਰ ਕਿੰਨੇ ਪੈਦਾ ਕਰੇਗੀ। ਕੋਈ ਸ਼ੱਕ ਨਹੀਂ, ਲੰਬੇਰਾ ਸਮਾਂ, ਕਈ ਦਹਾਕੇ ਉਹਨਾਂ ਨੇ ਕਥਾ ਦੇ ਰਾਹੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਿਚਾਰ ਸੰਗਤਾਂ ਤੱਕ ਪਹੁੰਚਾਈ, ਬਹੁਤ ਵੱਡੀ ਗੱਲ ਹੈ। ਸਿੱਖ ਕੌਮ ਨੇ ਨਿਵਾਜਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦਾ ਸਭ ਤੋਂ ਵੱਡਾ ਅਵਾਰਡ ਪੰਥ ਰਤਨ ਦਿੱਤਾ ਗਿਆ। ਪਰ ਇਸ ਮਿੱਠੀ ਯਾਦ ਨੂੰ ਮਨਾਉਂਦਿਆਂ ਅੱਜ ਆਪਣੇ ਮੋਢਿਆਂ ਦੀਆਂ ਜ਼ਿੰਮੇਵਾਰੀਆਂ ਵੀ ਮਹਿਸੂਸ ਕਰਨੀਆਂ ਕਿ ਕੀ ਕੌਮ ਦੇ ਕੋਲ ਆਉਣ ਵਾਲੇ ਸਮੇਂ ਵਿੱਚ ਕੋਈ ਗਿਆਨੀ ਸੰਤ ਸਿੰਘ ਮਸਕੀਨ ਹੈਗਾ। ਉਹਨਾਂ ਨੇ ਜੋ ਕੀਤਾ ਉਹਨੂੰ ਸਿੱਝਦਾ, ਇਹਦੇ 'ਚ ਕੋਈ ਦੋ ਰਾਏ ਨਹੀਂ। ਐਸਾ ਹੀਰਾ ਵਿਦਵਾਨ ਕੌਮ ਨੇ ਦੁਬਾਰਾ ਬੜੇ ਔਖੇ ਹੋ ਕੇ ਪੈਦਾ ਕਰਨਾ, ਪਰ ਕੌਮ ਦੇ ਸੁਨਹਿਰੀ ਭਵਿੱਖ ਲਈ ਤਾਂ ਜ਼ਰੂਰੀ ਹੈ ਕਿ ਭਾਈ ਵੀਰ ਸਿੰਘ, ਪ੍ਰੋਫੈਸਰ ਸਾਹਿਬ ਸਿੰਘ ਐਸੇ ਵਿਦਵਾਨ ਆਉਣ ਵਾਲੇ ਸਮੇਂ ਵਿੱਚ ਵੀ ਕੌਮ ਦੀ ਝੋਲੀ ਵਿੱਚ ਪੈਣ। ਸੋ ਆਓ, ਬੜੇ ਹੀ ਪਿਆਰ ਵਾਲੇ ਕੀਰਤਨੀਏ ਮੇਰੇ ਬਹੁਤ ਹੀ ਅੱਤ ਸਤਿਕਾਰਯੋਗ ਭਾਈ ਸਾਹਿਬ ਭਾਈ ਨਵਜੋਤ ਸਿੰਘ ਜੀ, ਆਪਣੇ ਸਮੁੱਚੇ ਜਥੇ ਦੇ ਰਾਹੀਂ, ਕਿਉਂਕਿ ਇੱਕ ਨਵੀਂ ਪਰੰਪਰਾ ਨਹੀਂ ਹੈ ਕਿ ਗੁਰੂ ਦੇ ਸਾਜ਼ਾਂ ਰਾਹੀਂ ਗੁਰੂ ਦਾ ਕੀਰਤਨ ਕਰਨਾ, ਜੋ ਗੁਰੂ ਨੇ ਹੁਕਮ ਕੀਤਾ ਉਹਦੇ ਅਨੁਸਾਰ ਹੀ ਹੋ ਕੇ ਕੀਰਤਨ ਕਰਨਾ। ਅੱਜ ਕੱਲ੍ਹ ਇਹਨੂੰ ਪੱਕੇ ਰਾਗਾਂ 'ਚ ਕਿਹਾ ਜਾਂਦਾ, ਬਹੁਤੀ ਵਾਰੀ ਅਸੀਂ ਇਹ ਵੀ ਕਹਿੰਦੇ ਇਹਦੀ ਆਡੀਅੰਸ ਨਹੀਂ ਹੈਗੀ, ਸੰਗਤ ਬਹੁਤ ਘੱਟ ਪੱਕੇ ਰਾਗਾਂ ਨੂੰ ਸੁਣਦੀ ਹੈ। ਪਰ ਜੇ ਜਿੱਦਾਂ ਗੁਰੂ ਨੇ ਹੁਕਮ ਕੀਤਾ, ਜੇ ਉਸ ਅਨੁਸਾਰ ਹੀ ਹੋ ਕੇ ਕੀਰਤਨ ਦੀ ਸੇਵਾ ਨਿਭਾਵਾਂਗੇ, ਇਬਾਦਤ ਬਣ ਜਾਏਗਾ। ਕੀਰਤਨ ਹੈ ਹੀ ਇਬਾਦਤ, ਕੀਰਤੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ। ਗੁਰਬਾਣੀ ਦੇ ਸ਼ਬਦ ਰਾਹੀਂ ਗੁਰੂ ਦੇ ਰੰਗ ਵਿੱਚ ਰੰਗਣਗੇ। ਸੋ ਸੰਗਤਾਂ ਨੂੰ ਹੱਥ ਬੰਨ ਬੇਨਤੀ ਹੈ ਕਿ ਅਸੀਂ ਇਕਾਗਰ ਚਿੱਤ ਹੋ ਕੇ ਗੁਰਬਾਣੀ ਦੇ ਨਾਲ ਜੁੜਨਾ,
ਤੇ ਅੱਜ ਪੰਥ ਦੀਆਂ ਮੈਨਾਜ ਹਸਤੀਆਂ ਨੇ ਕਥਾ ਦੇ ਰਾਹੀਂ ਕੀਰਤਨ ਦੇ ਰਾਹੀਂ ਜਿੱਥੇ ਗਿਆਨੀ ਸੰਤ ਸਿੰਘ ਮਸਕੀਨ ਹੋਰਾਂ ਦੀ ਯਾਦ ਵਿੱਚ ਜੁੜਨਾ, ਉੱਥੇ ਨਾਲ ਦੀ ਨਾਲ ਇੱਕ ਸੁਨੇਹਾ ਪੂਰੀ ਕੌਮ ਦੇ ਨਾਂ ਕਿ ਆਓ ਪੰਥ ਵਿੱਚ ਫਿਰ ਦੁਬਾਰਾ ਝਾਤੀ ਮਾਰੀਏ ਕਿ ਕਿੰਨੇ ਕੁ ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਵਾਂਗ ਸਮੁੱਚੀ ਕੌਮ ਨੂੰ ਕਲਾਵੇ ਵਿੱਚ ਲੈ ਕੇ ਧੜੇਬੰਦੀਆਂ ਤੋਂ ਉੱਤੇ ਉੱਠ ਕੇ ਨੀਲੀ ਕਾਲੀ ਪੀਲੀ ਪਗੜੀ ਦੇ ਵਖਰੇਵਿਆਂ ਤੋਂ ਉੱਤੇ ਉੱਠ ਕੇ ਪੰਥ ਦਾ ਦਰਦ ਦਿਲ ਦੇ ਵਿੱਚ ਸਮੋਈ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿਜਦਾ ਕਰਦਿਆਂ ਹੋਇਆਂ ਗੁਰਬਾਣੀ ਦੀ ਬਾਤ ਕੁੱਲ ਦੁਨੀਆ ਵਿੱਚ ਪਹੁੰਚਾਉਣ ਦੀ ਕਪੈਸਿਟੀ ਰੱਖਣ ਵਾਲੇ ਲੋਕ ਆਉਣ ਵਾਲੇ ਸਮੇਂ 'ਚ ਕੌਮ ਪੈਦਾ ਕਰੇਗੀ। ਅਸੀਸ ਰੂਪ ਵਿੱਚ ਗੱਜ ਕੇ ਫਤਿਹ ਬੁਲਾ ਦਿਓ ਪਿਆਰ ਨਾਲ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਦਮੋ ਡੰਡਾਤ ਬੰਦਨ ਕਲਿਆਣ ਮਹੱਲਾ
ਆਵਲੋ
ਪ੍ਰਭ ਨਾਮ ਪਤਿਤ ਪਾਵਨੋ ਪ੍ਰਭ ਨਾਮ ਪਤਿਤ ਪਾਵਨੋ ਹਰ ਚਰਨ ਸ਼ਰਨ ਕਲਿਆਣ ਕਰਨ ਹਰ ਚਰਨ ਸ਼ਰਨ ਹਰ ਚਰਨ ਸ਼ਰਨ ਕਲਿਆਣ ਕਰਨ ਹਰ ਚਰਨ ਸ਼ਰਨ ਗੋਬਿੰਦ ਦੁਖ ਪੰਜਨਾ ਦਾਸ ਆਪਣੇ ਕੋ ਨਾਮ ਦੇ ਦ੍ਰਿਸ਼ਟ ਪ੍ਰਭ ਤਾਰੋ ਕਿਰਪਾ ਕਰਤਾਰੋ ਪੂਜਾ ਗਹਿ ਕੂਪ ਤੇ ਕਾਢ ਲਿਓ ਹਰ ਚਰਨ ਸ਼ਰਨ ਕਲਿਆਣ ਕਰਨ ਹਰ ਚਰਨ ਸ਼ਰਨ ਕਲਿਆਣ ਪ੍ਰਭ ਨਾਮ ਪਤਿਤ ਪਾਵਨੋ ਪ੍ਰਭ ਨਾਮ ਪਤਿਤ ਪਾਵਨੋ ਹਰ ਚਰਨ ਸ਼ਰਨ ਕਲਿਆਣ ਕਰਨ ਹਰ ਚਰਨ ਸ਼ਰਨ ਕਲਿਆਣ ਮਹੱਲਾ ਪੰਜਵਾਂ
Amen.
Amen.
ਦੀਨ ਦੁਨੀਆ ਦੇ ਮਾਲਕ ਸਰਵਰੇ ਕਾਇਨਾਤ ਗੁਰਬਾਣੀ ਗਿਆਨ ਦੇ ਮੁਜੱਸਮੇ ਰਹਿਮਤੇ ਰਹੀਮ ਹਜ਼ੂਰ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸਰਵਣ ਕਰ ਰਹੀ ਸਾਧ ਸੰਗਤ ਜੀਓ, ਵੱਡੇ ਭਾਗਾਂ ਵਾਲੇ ਹਾਂ ਅਸੀਂ ਸਾਰੇ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਇਸ ਅੰਮ੍ਰਿਤਮਈ ਗੁਰਬਾਣੀ ਦਾ ਰਸ ਲੈ ਰਹੇ ਹਾਂ। ਆਪ ਸਰਬਾ ਸੰਗਤ ਦੇ ਸਨਮੁਖ ਰਾਗ ਕਲਿਆਣ ਦੇ ਅੰਦਰ ਹਰ ਚਰਨ ਸ਼ਰਨ ਕਲਿਆਣ ਕਰਨ ਪ੍ਰਭ ਨਾਮ ਪਤਿਤ ਪਾਵਨੋ, ਉਸ ਤੋਂ ਬਾਅਦ ਰਾਗ ਮਾਝ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅੰਕਿਤ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਝ ਰਾਗ ਦੇ ਅੰਦਰ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਵ ਤੂੰ ਮੇਰਾ ਭਰਾਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਰਾਗ ਨਿਰਧਾਰਤ ਅਤੇ ਸਤਿਗੁਰੂ ਜੀ ਦੀ ਕਿਰਪਾ ਅਸੀਸ ਜੋ ਸਾਜ ਨੇ ਜਿਨ੍ਹਾਂ ਦੇ ਉੱਤੇ ਗੁਰਬਾਣੀ ਗਾਇਨ ਕਰਨ ਦਾ, ਸਤਿਗੁਰੂ ਜੀ ਨੇ ਆਪ ਗੁਰਬਾਣੀ ਗਾਇਨ ਕੀਤੀ ਅਤੇ ਸਾਨੂੰ ਹੁਕਮ ਕੀਤਾ ਹੈ ਕਿ ਅਸੀਂ ਇਹਨਾਂ ਸਾਜ਼ਾਂ ਦੇ ਉੱਤੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੀਆਂ ਕੰਪੋਜੀਸ਼ਨਸ ਜੋ ਰਾਗ ਦੇ ਅੰਦਰ ਤਿਆਰ ਕੀਤੀਆਂ ਹੋਣ ਉਹ ਸੰਗਤ ਨੂੰ ਗਾਇਨ ਕਰਕੇ ਸੁਣਾਈਏ। ਤੁਸੀਂ ਇਸ ਗੱਲ ਨੂੰ ਮਹਿਸੂਸ ਕੀਤਾ ਹੋਏਗਾ ਸੰਗਤ ਦੇ ਵਿੱਚ ਬੈਠ ਕੇ ਕਿ ਸਾਜ਼ ਦੇ ਅੰਦਰ ਰਾਗ ਦੇ ਅੰਦਰ ਜੋ ਗੁਰਬਾਣੀ ਦਾ ਰਸ ਹੈ ਉਹ ਤੁਸੀਂ ਆਪ ਮਹਿਸੂਸ ਕੀਤਾ ਹੈ, ਸਾਨੂੰ ਦੱਸਣ ਦੀ ਲੋੜ ਨਹੀਂ ਹੈ, ਕਿਉਂਕਿ ਸਤਿਗੁਰੂ ਦੇ ਪਾਵਨ ਦਰਬਾਰ ਦੇ ਅੰਦਰ ਜੋ ਸੱਚਾਈ ਹੈ ਜੋ ਅਸਲੀਅਤ ਹੈ ਉਹ ਸਾਰੀ ਸੰਗਤ ਨੂੰ ਆਪ ਜੀ ਨੂੰ ਪਤਾ ਹੀ ਹੈ। ਆਪ ਸਰਬਾ ਸੰਗਤ ਦਾ ਧੰਨਵਾਦ ਕਰਦੇ ਹੋਏ ਸਾਡੇ ਸਾਰੇ ਜਥੇ ਵੱਲੋਂ ਆਪ ਸਰਬਤ ਸੰਗਤ ਦਾ ਧੰਨਵਾਦ ਅਤੇ ਕੋਟਾਨ ਕੋਟ ਸ਼ੁਕਰ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਇੰਨੀ ਵੱਡੀ ਬਖਸ਼ਿਸ਼ ਸਾਡੇ 'ਤੇ ਕੀਤੀ ਹੈ ਅਤੇ ਸਾਨੂੰ ਆਪਣੇ ਚਰਨਾਂ ਵਿੱਚ ਜੋੜਨ ਦਾ ਮੌਕਾ ਅਸੀਸ ਬਖਸ਼ਿਆ ਹੈ ਅਤੇ ਸਾਨੂੰ ਗੁਰਬਾਣੀ ਦੇ ਨਿਰਧਾਰਤ ਰਾਗਾਂ ਦੇ ਵਿੱਚ ਕੀਰਤਨ ਕਰਨ ਦਾ ਮੌਕਾ ਬਖਸ਼ਿਸ਼ ਕੀਤਾ। ਆਪ ਸਰਬਤ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਹੈ। ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਅਦਬ ਅਤੇ ਸਤਿਕਾਰ ਦੇ ਨਾਲ ਭਾਈ ਨਵਜੋਤ ਸਿੰਘ ਜੀ ਹੋਰਾਂ ਦੇ ਸਪੂਰੇ ਜਥੇ ਨੇ, ਜਿਹਦੇ ਵਿੱਚ ਉਸਤਾਦ ਸਾਹਿਬਾਨ ਬੜੀ ਹੀ ਚੜ੍ਹਦੀਆਂ ਕਲਾ ਵਾਲੇ ਜਿਨ੍ਹਾਂ ਨੇ ਨਾਲ ਗਾਇਨ ਕੀਤਾ। ਇਹ ਗੁਰੂ ਦੀ ਬਖਸ਼ਿਸ਼ ਕੀਤਾ ਹੋਇਆ ਗੁਰਮਤਿ ਸੰਗੀਤ ਬਾਬੇ ਨਾਨਕ ਦੀ ਰਬਾਬ ਦੀ ਟੁਣਕਾਰ ਦੇ ਨਾਲ ਸੱਚ ਦਾ ਸੂਰਜ ਸ਼ਬਦ ਰੂਪ ਵਿੱਚ ਕੁੱਲ ਦੁਨੀਆ 'ਤੇ ਚੜ੍ਹਿਆ ਅਤੇ ਸੱਚੇ ਪਾਤਸ਼ਾਹ ਹਜ਼ੂਰ ਦੇ ਸ਼ਬਦ ਦੀ ਲੋਅ ਦੇ ਨਾਲ ਜਗਮਗਾ ਉੱਠੀ ਪੂਰੀ ਦੁਨੀਆ। ਅਤੇ ਅੱਜ ਲੋੜ ਇਸ ਗੱਲ ਦੀ ਕਿ ਜਿਹੜੇ ਵਾਰਿਸ ਖਵਾਉਂਦੇ ਹਾਂ ਆਪਣੇ ਆਪ ਨੂੰ ਸਤਿਗੁਰੂ ਨਾਨਕ ਜੀ ਦੇ, ਸੱਚੇ ਪਾਤਸ਼ਾਹ ਹਜ਼ੂਰ ਦੀ ਗੁਰਬਾਣੀ ਦੇ ਨਾਲ ਜੁੜਨ ਵਾਲੇ ਲੋਕ ਅੱਜ ਇਸ ਗੁਰਮਤਿ ਸੰਗੀਤ ਦੀ ਪੱਧਤੀ ਤੋਂ ਥੋੜ੍ਹਾ ਜਿਹਾ ਪਿੱਛੇ ਜਾ ਚੁੱਕੇ ਨੇ। ਸੋ ਕੋਸ਼ਿਸ਼ ਕਰੀਏ, ਸਾਡਾ ਇਹ ਉਪਰਾਲਾ ਕਿ ਅਸੀਂ ਗੁਰਮਤਿ ਸੰਗੀਤ ਦੇ ਨਾਲ ਜੁੜਨ ਦਾ ਯਤਨ ਕਰੀਏ, ਕਿਉਂਕਿ ਜੋ ਹੁਕਮ ਇੰਪੋਰਟੈਂਸ ਸੀ ਰਾਗਾਂ ਦੀ ਤਾਂ ਹੀ ਸਤਿਗੁਰੂ ਜੀ ਨੇ ਬਖਸ਼ਿਸ਼ ਕਰਕੇ ਗੁਰਬਾਣੀ ਨੂੰ ਰਾਗਬੱਧ ਕੀਤਾ।
ਤੇ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਭਾਈ ਸਾਹਿਬ ਜੀ ਨੇ ਕੀਰਤਨ ਸਰਵਣ ਕਰਾਇਆ। ਮੈਂ ਤਹਿ ਦਿਲੋਂ ਰਿਣੀ ਹਾਂ ਅਤੇ ਜੀ ਆਇਆਂ ਨੂੰ ਕਹਿੰਦਾ, ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ ਉਚੇਚੇ ਤੌਰ 'ਤੇ ਪੁੱਜੇ ਨੇ, ਬਹੁਤ ਬਹੁਤ ਧੰਨਵਾਦੀ ਹਾਂ ਜੀ ਜੀ ਆਇਆਂ ਨੂੰ। ਉਹਨਾਂ ਦੇ ਨਾਲ ਹੀ ਜਿਨ੍ਹਾਂ ਦਾ ਸੁਪਨਾ ਸੀਗਾ, ਅਸੀਂ ਬਹੁਤ ਛੋਟੇ ਸਮੇਂ ਵਿੱਚ, ਜਿਵੇਂ ਮੈਂ ਪਹਿਲਾਂ ਵੀ ਅਰਜ਼ ਕੀਤੀ ਕਿ ਸਾਡੇ ਦਿਲ ਦੀ ਰੀਝ ਜਥੇਦਾਰ ਅਵਤਾਰ ਸਿੰਘ ਜੀ ਹੋਰਾਂ ਦੇ ਸਨਮੁੱਖ ਰੱਖੀ ਜਾ ਕੇ ਕਿ ਅਸੀਂ ਇਹ ਉਪਰਾਲਾ ਕਰਨਾ ਚਾਹੁੰਦੇ ਹਾਂ, ਅਤੇ ਕੁਝ ਕੁ ਸੈਕਿੰਡਸ ਦੇ ਵਿੱਚ ਹੀ ਉਹਨਾਂ ਨੇ ਸਾਨੂੰ ਇਸ ਗੱਲ ਲਈ ਪੂਰੀ ਦੀ ਪੂਰੀ ਸਹਿਯੋਗ ਦੀ, ਹੁੰਗਾਰੇ ਦੀ ਹੀ ਨਹੀਂ ਥਾਪੜਾ ਦੇ ਕੇ ਨਵਾਜਿਆ। ਅੱਜ ਅਸੀਸਾਂ ਦੇਣ ਲਈ ਸਾਨੂੰ ਵੀ ਉਹ ਇਸ ਜਗ੍ਹਾ 'ਤੇ ਗੁਰੂ ਸਾਹਿਬ ਜੀ ਦੇ ਸਨਮੁੱਖ ਪੁੱਜੇ ਨੇ। ਜਥੇਦਾਰ ਅਵਤਾਰ ਸਿੰਘ ਜੀ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿੱਘੀ ਜੀ ਆਇਆਂ ਨੂੰ, ਬਹੁਤ ਹੀ ਪਿਆਰ ਅਤੇ ਸਤਿਕਾਰ ਵਾਲੇ ਭਾਈ ਸਾਹਿਬ ਭਾਈ ਮੇਜਰ ਸਿੰਘ ਜੀ, ਭਾਈ ਸਾਹਿਬ ਭਾਈ ਪ੍ਰੀਤਮ ਸਿੰਘ ਜੀ ਮੇਰੇ ਬੜੇ ਹੀ ਅਜ਼ੀਜ਼, ਉਹ ਵੀ ਆਏ ਨੇ ਨਿੱਘੀ ਜੀ ਆਇਆਂ ਨੂੰ। ਮੈਂ ਅਰਜ਼ ਕਰਾਂਗਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਕਿਉਂਕਿ ਉਹਨਾਂ ਨੇ ਕੁਛ, ਉਹਨਾਂ ਦਾ ਸਮਾਂ ਬਹੁਤ ਅਤਿਅੰਤ ਕੀਮਤੀ ਹੈ, ਸੋ ਉਹਨਾਂ ਨੇ ਅਸੀਸਾਂ ਦੇਣੀਆਂ ਨੇ, ਕਿਉਂਕਿ 14 ਮਾਰਚ ਨੂੰ ਵਾਤਾਵਰਨ ਦਿਵਸ ਵੀ ਆ ਰਿਹਾ ਹੈ। ਅੱਜ ਅਸੀਂ ਉਹਦਾ ਸੁਨੇਹਾ ਵੀ ਦੇਣਾ, ਅਤੇ ਨਾਲ ਦੀ ਨਾਲ ਮੈਂ ਜਿਹੜਾ ਸਵਾਲ ਕੌਮ ਦੇ ਸਨਮੁੱਖ ਅੱਜ ਇਸ ਸਮਾਗਮ ਦੇ ਰਾਹੀਂ ਰੱਖਿਆ ਕਿ ਕੌਮ ਨੇ ਆਉਣ ਵਾਲੇ ਸਮੇਂ ਵਿੱਚ ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਵਰਗੇ ਵਿਦਵਾਨ ਕਿਵੇਂ ਪੈਦਾ ਕਰਨੇ ਨੇ, ਇਹ ਕੌਮ ਲਈ ਇੱਕ ਵੱਡੀ ਚੁਣੌਤੀ ਹੈ। ਬੇਨਤੀ ਕਰਾਂਗਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਸਿੱਖ ਕੌਮ ਦੀ ਬੜੀ ਹੀ ਮਾਇਨਾਜ਼ ਹਸਤੀ, ਉਹ ਸੰਗਤਾਂ ਦੇ ਰੂਬਰੂ ਹੋਣਗੇ, ਜੈਕਾਰੇ ਦੇ ਰੂਪ ਵਿੱਚ ਸਤਿਗੁਰੂ ਜੀ ਦੇ ਹਜ਼ੂਰ ਵਿੱਚ ਉਹਨਾਂ ਦਾ ਸਵਾਗਤ ਕਰਨਾ ਹੈ ਜੀ। ਬੋਲੇ ਸੋਨਿਹਾਲ।